ਤਾਂ ਇਹ ਤਸਵੀਰਾਂ ਪਰੇਸ਼ਾਨ ਕਰ ਸਕਦੀਆਂ ਨੇ ਕਿਉਂਕਿ ਇੱਕ ਸ਼ਖਸ ਦੀ ਜਾਨ ਚਲੀ ਗਈ ਹੈ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਸ਼ਖਸ ਜੋ ਕਿ ਆਪਣੇ ਕੰਮ ਤੋਂ ਘਰ ਪਰਤ ਰਿਹਾ ਹੁੰਦਾ ਹੈ ਸ਼ਾਮ ਵੇਲੇ, ਤਾਂ ਸੜਕ 'ਤੇ ਜਾ ਰਹੇ ਟਰੱਕ ਦੇ ਨਾਲ ਉਸਦੀ ਬਾਈਕ ਪਿੱਛੋਂ ਟਕਰਾਉਂਦੀ ਹੈ, ਜਿਸ ਤੋਂ ਬਾਅਦ ਉਹ ਟਰੱਕ ਦੇ ਟਾਇਰਾਂ ਹੇਠਾਂ ਪਿਛਲੇ ਟਾਇਰਾਂ ਹੇਠਾਂ ਆ ਜਾਂਦਾ ਹੈ, ਜਿਸ ਕਰਕੇ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਨੇੜੇ ਲੱਗੇ ਦੁਕਾਨ ਦੇ ਵਿੱਚ CCTV ਅੰਦਰ ਇਹ ਸਾਰਾ ਕੁਝ ਕੈਦ ਹੋ ਗਿਆ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਖਸ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਹੈਲਮੇਟ ਤੱਕ ਉਸਨੇ ਲਗਾਇਆ ਹੋਇਆ ਸੀ, ਪਰ ਫਿਰ ਵੀ ਹੈਲਮੇਟ ਉਸਦੀ ਜਾਨ ਨਹੀਂ ਬਚਾ ਸਕਿਆ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਪਿੰਡ ਜੰਡਿਆਲੀ ਦੀ, ਜਿੱਥੇ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆਉਣ ਕਰਕੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ, ਡਿਊਟੀ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ, ਤਾਂ ਰਾਹ ਦੇ ਵਿੱਚ ਇੱਕ ਟਰੱਕ ਦੀ ਲਪੇਟ 'ਚ ਆ ਜਾਂਦਾ ਹੈ, ਜਿਸ ਕਰਕੇ ਉਸਦੀ ਮੌਤ ਹੋ ਜਾਂਦੀ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਫਿਲਹਾਲ ਥਾਣਾ ਕੂਮਕਲਾ ਦੀ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਇਹ CCTV ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਕਿਉਂਕਿ ਦੇਖੋ ਇੱਕ ਛੋਟੀ ਜਿਹੀ ਗਲਤੀ ਕਿਵੇਂ ਭਾਰੀ ਪੈ ਜਾਂਦੀ ਹੈ। ਇਸ ਸ਼ਖਸ ਨੇ ਵੀ ਛੋਟੀ ਜਿਹੀ ਗਲਤੀ ਕੀਤੀ, ਕਿਉਂਕਿ ਇਸਦੇ ਮੋਟਰਸਾਈਕਲ ਦੇ ਵਿੱਚ ਬੈਕ ਮਿਰਰ ਨਹੀਂ ਲੱਗੇ ਸੀ, ਜਿਸ ਕਰਕੇ ਇਸ ਨੂੰ ਟਰੱਕ ਦਾ ਅੰਦਾਜ਼ਾ ਨਹੀਂ ਹੋਇਆ ਕਿ ਟਰੱਕ ਇਸ ਤੋਂ ਕਿੰਨੀ ਦੂਰ ਹੈ। ਇਹ ਹਲਕਾ ਜਿਹਾ ਟਰੱਕ ਦੇ ਨਾਲ ਟਕਰਾਉਂਦਾ ਹੈ, ਡਿਸਬੈਲੈਂਸ ਹੁੰਦਾ ਹੈ, ਹੇਠਾਂ ਡਿੱਗਦਾ ਹੈ, ਜਿਸ ਤੋਂ ਬਾਅਦ ਟਰੱਕ ਇਸ ਦੇ ਉੱਤੋਂ ਦੀ ਗੁਜ਼ਰ ਜਾਂਦਾ ਹੈ, ਦ੍ਰੜ ਦਿੰਦਾ ਹੈ ਟਰੱਕ ਇਸ ਨੂੰ, ਅਤੇ ਇਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਪਿੰਡ ਜੰਡਿਆਲੀ ਤੋਂ ਸਾਹਮਣੇ ਆ ਰਹੀਆਂ ਨੇ। ਮੈਂ ਜੀ ਜੰਡਿਆਲੀ ਚੌਂਕ 'ਚ ਅੱਡੇ 'ਚੋਂ ਸਬਜ਼ੀ ਲੈਣ ਜਾ ਰਿਹਾ ਸੀਗਾ ਜੀ, ਅਤੇ ਉੱਥੇ ਕੁਦਰਤੀ ਐਕਸੀਡੈਂਟ ਹੋਇਆ, ਦੇਖਿਆ ਜਦੋਂ ਮੈਂ ਐਕਸੀਡੈਂਟ ਹੋਇਆ ਜੀ, ਮੈਂ ਦੇਖ ਕੇ ਉਦੋਂ ਦੇਖਿਆ ਵੀ ਉਹ ਬੰਦਾ ਕੌਣ ਆ, ਮੈਨੂੰ ਤਾਂ ਪਤਾ ਨਹੀਂ ਸੀਗਾ ਕੌਣ ਆ। ਉਹ ਜਦੋਂ ਚੱਕ ਉਹਨਾਂ ਨੇ ਸਾਈਡ 'ਤੇ ਪਾਇਆ, ਉਹਨਾਂ ਨੇ ਜਦੋਂ ਹੈਲਮਟ ਲਾਇਆ ਜੀ, ਉਹ ਮੇਰਾ ਸਾਢੂ ਸੀਗਾ ਜੀ। ਜਦੋਂ ਫਿਰ ਮੈਂ ਦੇਖਿਆ, ਮੈਂ ਕਿਹਾ ਇਹ ਤਾਂ ਮੇਰਾ ਸਾਢੂ ਆ, ਮੈਂ ਉਹਨਾਂ ਨੂੰ ਕਿਹਾ ਆਲੇ ਦੁਆਲੇ ਮੈਂ ਭਰੇ ਹੋਜੂ ਵੀ ਮੈਂ ਲੈ ਕੇ ਜਾਣਾ ਇਹਨੂੰ, ਅਤੇ ਉਹਨਾਂ ਨੇ ਲੋਕਾਂ ਨੇ ਪਹਿਲਾਂ ਹੀ ਮਤਲਬ ਫੋਨ ਫਾਨ ਕਰਤਾ ਸੀ ਪੁਲਿਸ ਵਾਲਿਆਂ ਨੂੰ, ਐਂਬੂਲੈਂਸ ਨੂੰ ਫੋਨ ਕਰਤਾ ਸੀ ਉਹਨਾਂ ਨੇ ਮੇਰੇ ਤੋਂ ਜਾਣ ਤੋਂ ਪਹਿਲਾਂ, ਅਤੇ ਜਦੋਂ ਮੈਂ ਚੱਕਿਆ ਉਹਨਾਂ ਨੂੰ ਜਾ ਕੇ ਮੌਕੇ 'ਤੇ, ਉਹਨਾਂ ਨੂੰ ਐਂਬੂਲੈਂਸ 'ਚ ਪਾ ਕੇ ਲੈ ਕੇ ਚੱਲੇ ਸੀਗੇ। ਇਹ ਜੀ ਐਕਸੀਡੈਂਟ ਟਰੱਕ ਵਾਲੇ ਨੇ ਨਾ ਜੀ, ਉਹਦੇ ਮਤਲਬ ਸਹੀ ਰਾਹ ਜਾ ਰਹੇ ਸੀ, ਆਪਣਾ ਕੰਮ ਤੋਂ ਘਰ ਨੂੰ ਜਾ ਰਹੇ ਸੀਗੇ ਜੀ, ਟਰੱਕ ਵਾਲੇ ਨੇ ਮਤਲਬ ਸਿੱਧਾ ਹੀ ਜਾ ਰਿਹਾ ਸੀ, ਉਹਨੇ ਨਾ ਮੂਹਰੇ ਉਹ ਵਿੱਚ ਕਰ ਲਏ, ਇੱਧਰ ਨੂੰ ਵਿੱਚ ਖਿੱਚ ਲਏ ਉਹਨੂੰ, ਉੱਪਰ ਹੀ ਚੜ੍ਹਦਾ ਟਰੱਕ ਵਾਲਾ ਜਮ੍ਹਾਂ ਹੀ ਰੁਕਿਆ। ਮੈਂ ਇੰਨੀਆਂ ਖਾਕਾਂ ਮਾਰੀਆਂ, ਮੋਟਰਾਂ ਵੀ ਭੇਜੇ, ਜਿਹੜੇ ਮੋਟਰਾਂ ਭੇਜੇ ਉਹਨਾਂ ਦੇ ਉੱਤੇ ਮੋਟਰਾਂ ਚਾੜ੍ਹੇ ਜੀ, ਉਹਨਾਂ ਨੇ ਫੈਕਟਰੀ 'ਚ ਵੜ ਗਏ ਸੀਗੇ ਆਪਣੇ ਬੰਦੇ, ਕਹਿੰਦੇ ਮੁੰਡੇ ਜਿਹੜੇ ਗਏ ਸੀ ਉਹਨਾਂ ਨੇ ਕੁੰਡਾ ਲਾ ਲਿਆ, ਫੈਕਟਰੀ ਵਾਲਿਆਂ ਨੇ ਕੁੰਡਾ ਨਹੀਂ ਖੋਲਿਆ ਜੀ ਉਹਨਾਂ ਨੂੰ, ਅਤੇ ਉਹਦੋਂ ਬਾਅਦ ਮੈਂ ਚੱਕ ਕੇ ਇੱਥੇ ਫੋਟੋ 'ਚ ਲਿਆਇਆ ਜੀ, ਆਹ ਦੇਖ ਲਓ ਜੀ। ਕੰਡੀਸ਼ਨ ਜੀ ਹੁਣ ਕੁਝ ਨਹੀਂ, ਉਹ ਕਹਿੰਦੇ ਕਦਮ ਆਈ, ਕਹਿੰਦੇ ਬੱਚੇ ਛੋਟੇ ਛੋਟੇ ਬੱਚੇ ਨੇ ਜੀ, ਹੁਣ ਇਨਸਾਫ ਚਾਹੀਦਾ ਸਾਨੂੰ, ਡਰਾਈਵਰ ਤੋਂ ਵੀ ਫੜਨਾ ਚਾਹੀਦਾ ਜੀ ਉਹਨੂੰ। ਡਰਾਈਵਰ ਜੀ ਰੁਕਿਆ ਨਹੀਂ ਜੀ, ਉਹਦਾ ਜਦੀ ਮੌਕੇ 'ਤੇ ਹੀ ਉਹ ਭੱਜ ਗਿਆ ਜੀ, ਇੱਕ ਮਿੰਟ ਨਹੀਂ ਉਹਨੇ ਦੇਖਿਆ ਰੁਕ ਜੀ। ਮੋਟਰਸਾਈਕਲ ਵਾਲੇ ਨੇ ਮੂਹਰੇ ਵੀ ਲਾਏ, ਮੋਟਰਸਾਈਕਲ ਦੇ ਵਿੱਚ ਮਾਰਨੇ, ਉਹ ਮੁੰਡਾ ਵੀ ਮਾਰ ਦੇਣਾ ਜੀ ਉਹਨੇ ਜੀ। ਇੱਥੇ ਬੁੱਢੇ ਵਾਲੇ ਜੀ, ਕੋਈ ਫੈਕਟਰੀ ਵਾਲੇ ਪਤਾ ਨਹੀਂ ਕਿਹੜੀ ਆ ਜੀ। ਹਾਂਜੀ ਕੰਮ ਤੋਂ ਘਰ ਨੂੰ ਜਾ ਰਹੇ ਨੇ ਜੀ, 5:30 ਵਜੇ ਛੁੱਟੀ ਹੁੰਦੀ ਜੀ ਉਹਨਾਂ ਨੂੰ। ਇਹ ਤਾਂ ਸਾਨੂੰ ਫੋਨ ਆਇਆ ਜੀ, ਮੈਂ ਫਿਰ ਇੱਥੇ ਆ ਕੇ ਤੇ ਇੱਥੇ ਹਸਪੀਟਲ ਆ ਕੇ ਪਹੁੰਚਿਆ ਜੀ, ਇੱਥੇ ਇਹਨਾਂ ਦੇ ਸਾਧੂ ਸਾਹਿਬ ਨੇ ਇੱਥੋਂ ਚੱਕਿਆ, ਚੱਕ ਕੇ ਫੁੱਟੀ ਹਸਪੀਟਲ 'ਚ ਲੈ ਕੇ ਆਏ ਨੇ ਜੀ। ਹਾਂਜੀ ਜਦ ਇੱਥੇ ਆਏ ਤਾਂ ਪਤਾ ਲੱਗਿਆ ਵੀ ਇਹ ਬੰਦਾ ਸਪੈਰ ਹੋ ਚੁੱਕਾ। ਮੇਰੇ ਚਾਚਾ ਜੀ ਦੇ ਲੜਕੇ ਸੀਗੇ ਜੀ। ਉਮਰ ਉਹਨਾਂ ਦੀ 35 ਸਾਲ ਦੀ ਹੈਗੀ ਜੀ। ਮੈਰਿਡ ਸੀਗੇ ਜੀ, ਦੋ ਬੱਚੇ ਨੇ ਛੋਟੇ ਛੋਟੇ, ਇੱਕ ਮੁੰਡਾ ਇੱਕ ਗੁੱਡੀ।
ਇਹ ਮੈਂ ਕਹਿੰਦਾ ਹੀਰੋ ਸਾਈਕਲ ਦੇ ਵਿੱਚ ਕਰ ਰਹੇ ਨੇ ਜੀ ਕੰਮ। ਹਾਂਜੀ ਹਾਂਜੀ, ਸ਼ਾਮ ਨੂੰ ਘਰ ਵਰਤ ਰਹੇ ਸੀ ਵਾਪਸ ਜੀ। ਇਹ ਉਹਦਾ ਸਾਧੂ ਸਾਹਿਬ ਦੱਸ ਰਿਹਾ ਵੀ ਮੈਂ ਬਹੁਤ ਹਾਕਾਂ ਮਾਰੀਆਂ, ਨਹੀਂ ਰੁਕਿਆ ਹੈ ਜੀ ਟਰੱਕ ਵਾਲਾ। ਮੋਟਰਸਾਈਕਲ ਵੀ ਭੇਜੇ ਬੰਦੇ ਗਏ ਨੇ, ਮਗਰ ਚਲੋ ਸਾਨੂੰ ਤਾਂ ਅਜੇ ਤੀ ਪਤਾ ਲੱਗਿਆ ਜੀ ਇਸ ਗੱਲ ਦਾ। ਹਾਂਜੀ ਹਾਂਜੀ, ਫੋਰਟੀ ਹੋਸਪਿਟਲ ਵਾਲਿਆਂ ਨੇ ਤਾਂ ਸਪੈਰ ਦੱਸਤਾ ਜੀ, ਖਤਮ ਆ ਗਏ। ਹਾਂਜੀ, ਇਨਸਾਫ ਤਾਂ ਇਹ ਚਾਹੁੰਦੇ ਆ ਜੀ, ਹੁਣ ਛੋਟੇ ਛੋਟੇ ਬੱਚੇ ਨੇ ਘਰੋਂ ਕੰਮ ਕਰਨ ਆਉਂਦਾ, ਟਰੱਕ ਵਾਲੇ 'ਤੇ ਕਾਰਵਾਈ ਹੋਣੀ ਚਾਹੀਦੀ ਆ। ਜਿਹਨਾਂ ਦਾ ਟਰੱਕ ਆ ਉਹਨਾਂ 'ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਜੀ। ਉਹ ਮੋਟਰਸਾਈਕਲ 'ਤੇ ਜਾ ਰਹੇ ਸੀਗੇ ਸਰ।